ਜਲਦੀ ਨਾਲ ਆਵਾਂਗੇ ਆਪਾਂ ਹਾਂਜੀ ਮੀਰਪੁਰ ਦੀ ਵੀਰੇ ਟੀਮ। ਸਵਾਗਤ ਹੈ 5 ਮਿੰਟ ਦਾ ਸਮਾਂ ਸਾਰੇ ਭਰਾਵਾਂ ਦਾ ਤੁਹਾਡੇ ਆਪਣੀ ਪੇਜ ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ ਦਾ। ਲਓ ਜੀ ਪ੍ਰੀ ਕੁਆਟਰ ਮੈਚ ਚੱਲ ਰਹੇ ਨੇ ਆਪਣੇ ਕੋਲੇ ਇੱਕ ਵਾਰ ਟਾਈਆਂ ਹੀ ਆ ਜੀ ਭਨਿਆਰੀ ਵਰਸਜ ਫੇਰੀ ਮੈਚ ਦਵਾਨ ਖੇੜਾ ਜੀ, ਦਾ ਦਵਾਨ ਖੇੜੇ ਦੇ ਵਿੱਚ ਸ੍ਰੀ ਸਰਾਮਪੁਰ ਭਨਿਆਰੀ ਦੇ ਵਿੱਚ ਲੱਭਾ ਮਾਣ ਖੇੜਾ ਜੀ, ਬਹੁਤ ਟੌਪ ਦਾ ਮੈਚ ਆ ਜੀ, ਸ਼ੇਅਰ ਕਰ ਦਿਓ ਵੀਰੇ। ਹੈਲੋ ਮੁੰਡੇ ਕੱਲ ਦੇ ਕਦੇ ਚੰਨ ਕੁੱਟੀ ਚਲੇ ਆਉਂਦੇ ਆ, ਨਜ਼ਾਰਾ ਪੱਜਿਆ ਪਿਆ ਧਰਤੀ ਰਸਾਲੀ ਆ ਖੇੜਾ ਦੀ ਤੇ ਸੋਹਣਿਆ ਬਾਲ ਆਊਟ ਮਾਰ ਬੈਠਾ ਤੇ ਦੱਸ ਵੀ ਅਰਨ ਕਿੰਨੇ ਹੋ ਗਏ, 10 ਤੇ 4 ਹੀ ਆ ਜੀ। ਲੈ ਬਈ ਹਵਾਲਾ ਪੰਪ ਲੈ ਜੀ, ਜਿਹੜੇ ਵੀਰ ਨੂੰ ਲੋੜ ਸੀਗੀ ਹਵਾਲਾ ਪੰਪ ਲੈ ਜਾਂਗੇ ਆਪਾਂ 2 ਨੰਬਰ ਗਰਾਊਂਡ ਦੇ ਲਾਈਨ ਵਾਲਾ। ਲੈ ਬਈ ਪਾਣੀ ਵੀ ਪਾਉਂਦਾ ਕਰਾਂਗੇ 2 ਨੰਬਰ ਗਰਾਊਂਡ 'ਚ। ਹਾਂਜੀ ਹਾਂਜੀ ਲੈ ਵੀ ਆ ਰਹੋ, ਰਹਿੰਦੇ ਖਿਡਾਰੀ ਵੀ ਆ ਰਹੋ 4 ਨੰਬਰ ਗਰਾਊਂਡ 'ਚ। ਮੀਰਪੁਰ ਦੀ ਟੀਮ ਦੇ ਸਦੋਹੇ ਵਾਲੇ ਮੁੰਡੇ ਆ ਗਏ ਆ, ਔਰ ਮੇਰੀ ਬੇਨਤੀ ਹੈ ਜਲਦੀ ਨਾਲ ਬਾਕੀ ਵੀ ਖਿਡਾਰੀ ਆਵਾਂਗੇ ਆਪਾਂ ਫੇਰ ਧੰਨਵਾਦ ਜਿਹੜੀ ਬਣਨੀਆਂ ਹੈ। ਲੈ ਵੀ ਪੰਜਾਬੇ ਵਾਲਿਆ ਗੱਲਬਾਤ ਬਣੀ ਨਹੀਂ, ਲੋਕੀ ਕਹਿੰਦੇ ਵੀ ਪੰਜਾਬੇ ਵਾਲਾ ਅੱਜ ਠੰਡਾ ਜਿਹਾ ਕਰ ਦਿੱਤਾ ਬਾਰੇ ਕਾਲੇ ਨੇ, ਔਰ ਸਾਹਮਣੇ ਵਾਪਸੀ ਕਰਾਵੇ ਦੇ ਗੱਲਬਾਤ ਫੇਰ ਬਣੇ। ਕਹਿੰਦੇ ਜੱਸਾ ਪੁੱਜਿਆ ਹੋਇਆ ਦੁਨੀਆ ਦਾ ਮਹਾਨ ਯੋਧਾ ਕਬੱਡੀ ਦੇ, ਕਹਿੰਦੇ ਵੱਡੇ ਵੱਡੇ ਯਾਥੀ ਜਿਹੜੇ ਗੱਭਰੂ ਦੇ ਨਾਂ ਤੋਂ ਥਰ ਥਰ ਕੰਬਦੇ ਆ, ਅੱਜ ਕਹਿੰਦੇ ਉਹ ਵੀ ਪੁੱਜਿਆ ਹੋਇਆ। ਪਰ ਇੱਧਰ 11 ਹੋ ਗਏ ਆ, 11 ਨੰਬਰ ਜਿਹੜੇ ਪਾਰੇਗਿਆਂ ਦੀ ਟੀਮ ਦੇ ਤੇ 4 ਨੰਬਰ ਜੋਗੀ ਵਾਲ ਦੀ ਟੀਮ ਦੇ ਆ, ਜਿਹੜਾ ਜਿੱਤ ਗਿਆ ਤੇ ਬਾਈ ਭੀਮਿਆਂ ਦੀ ਟੀਮ ਦੇ ਨਾਲ ਟੱਕਰ ਆ, ਪ੍ਰੀ ਕੁਆਟਰ ਮੈਚ ਹੈ, ਉਦੋਂ ਬਾਅਦ ਫਿਰ ਕੁਆਟਰ ਦੀਆਂ ਟਾਈਆਂ ਜਿਹੜੀਆਂ ਕੱਢੀਆਂ ਜਾਣਗੀਆਂ। ਫਿਰ ਇਹ ਮੀਰਪੁਰ ਦੀ ਟੀਮ ਦੇ ਖਿਡਾਰੀ ਕਿੱਥੇ ਰਹਿ ਗਏ ਜੀ, ਮੀਰਪੁਰੀਏ ਮੁੰਡੇ ਆ ਜਾਣ ਜਲਦੀ ਦੇ ਨਾਲ, ਮੇਰੀ ਬੇਨਤੀ ਹੈ। ਮੀਰਪੁਰ ਵਾਲੇ ਮੁੰਡੇ ਹਾਂਜੀ ਹਾਂਜੀ ਗੁਰਵਿੰਦਰ ਗਿੱਲ ਲਵੀ 4 ਹੈ, ਹੁਣ 3 ਹੀ ਹੈ, ਠੀਕ ਹੈ। 3 ਨੰਬਰ ਜਿਹੜੇ ਭਨਿਆਰੀ ਦੀ ਟੀਮ ਦੇ ਜੀ ਨਵੀ ਜੀ, ਹਾਂਜੀ ਹਾਂਜੀ 3 ਨੰਬਰ ਭਨਿਹਾਰੀ ਦੀ ਟੀਮ ਦੇ, ਇੱਧਰ ਹਾਲੇ ਖਾਤਾ ਨਹੀਂ ਖੁੱਲਿਆ ਦੀਵਾਨ ਖੇੜੇ ਦਾ,
ਆਹ ਟੀਵੀ ਕਹਿ ਰਹੀ ਵੀ ਲੰਬੀਆਂ ਦੂਰੀਆਂ ਤੈਅ ਕਰਕੇ ਆਈ ਹੈ। ਤਿੰਨ ਨੰਬਰ ਗਰਾਊਂਡ ਦਾ ਮੈਚ ਵੀ ਬੜਾ ਚੋਟੀ ਦਾ ਖੇਡੇ ਦਾ, ਕਮਾਲ ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ। ਭਣਿਆਰੀ ਵਾਲੇ ਕਹਿੰਦੇ ਸ਼ੰਧੂ ਨੂੰ ਦੁਨੀਆ ਕੰਪਿਊਟਰ ਦੇ ਤੌਰ ਤੇ ਜਾਣਦੀ ਹੈ, ਪਲ ਬਾਗੜੀ ਹੈ। ਉਹ ਸਾਹਮਣੇ ਕਹਿੰਦੇ ਕੈਨੇਡਾ ਦੇ ਵਿੱਚ ਰਹਿਣ ਬਸੇਰੇ ਤੇ ਮੈਨੂੰ ਲੱਗਦਾ ਵੀ ਗੱਭਰੂ ਆਸਟ੍ਰੇਲੀਆ ਦੇ ਵਿੱਚ ਅੱਜ ਪੁੱਜ ਗਿਆ ਕਿਤੇ। ਲੈ ਵੀ ਚਾਰ ਹੋ ਗਏ ਮਾਨ ਖੇੜੇ ਵਾਲਾ। ਲੱਭਾ ਕਹਿੰਦੇ ਮਾਸਟਰ ਮਾਈਂਡ ਪਲੇਅਰ ਹੈ ਖੇਡ ਵਾਲੀਬਾਲ ਕੱਚੀ ਦਾ, ਤੇ ਨੰਬਰ ਗੱਭਰੂ ਨੇ ਕਹਿੰਦੇ ਚੌਥਾ ਉਹ ਕਹਿੰਦੇ ਜੋੜਿਆ ਹੋਇਆ ਆਪਣੀ ਟੀਮ ਦੇ ਲਈ ਮੁਕਾਬਲਾ ਤੇ ਪੂਰਾ ਤਗੜਾ ਹੈ। ਵੀ ਫਿਰ ਉਹ ਵੀ ਭੁੱਲ ਗਏ ਨਾ ਜਦੋਂ ਸੈਂਕਲ ਸੀ ਥੱਲੇ ਤੇ ਹੋਇਆ ਕੀ ਜੇ ਬਾਬੇ ਨੇ ਕਰਾਤੀ ਪੱਲੇ ਪੱਲੇ ਰੱਜੇ ਹੋਈਏ ਆਪ ਤੇ ਭੁੱਖਾ ਲੱਗੇ ਹਰ ਕੋਈ ਇੰਨੇ ਅਸਮਾਨੀ ਹੱਥ ਲੱਗਣੇ ਨੀ ਚਾਹੀਦੇ। ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਬਈ, ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ। ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਬਈ, ਪੈਰ ਤੇ ਅਸੂਲ ਇਹ ਕਦੇ ਛੱਡਣੇ ਨੀ ਚਾਹੀਦੇ। ਨੰਬਰ ਉਹ ਕਹਿੰਦੇ ਚਾਰਾਂ ਦੇ ਚੱਕੇ ਜਾਮ ਹੋਏ ਖੜੇ ਆ ਪੰਜਾਬ ਵਾਲਿਆ, ਤਿਆਰੀ ਇਹ ਫੜ ਲਾ ਆਊਟ ਵਾ। ਕਿੰਨੇ ਹੋ ਗਏ ਜੀ? ਬਾਰਾਂ ਤੇ ਚਾਰ ਇੱਧਰ ਦੇ। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਗੁਰਵਿੰਦਰ ਵੀਰੇ। ਮੇਰੇ ਮੀਰਪੁਰ ਦੀ ਟੀਮ ਦੇ ਖਿਡਾਰੀ ਆ ਗਏ ਕਿ ਨਹੀਂ? ਮੀਰਪੁਰ ਦੇ ਮੁੰਡੇ ਬਾਈ ਜੀ ਖੇਡ ਲਓ ਮੇਰਾ ਵੀਰ ਬਣ ਕੇ। ਦਿਲ ਤੇ ਨਹੀਂ ਕਰਦਾ ਥੋੜਾ, ਮੈਚ ਵੀ ਬਹੁਤ ਤਗੜਾ ਲੱਗਿਆ, ਜ਼ੋਰ ਸਾਰਿਆਂ ਦੇ ਲੱਗਿਆ ਆ, ਪਰ ਬਾਈ ਆਪਣੇ ਕੋਲ ਮੈਚ ਹੀ ਨਹੀਂ ਹੈਗਾ ਬਾਈ ਮੀਰਪੁਰੀ। ਰਿਕੁਐਸਟ ਹੀ ਹੈ ਮੇਰਾ ਵੀਰ ਬਣ ਕੇ, ਤੁਸੀਂ ਵੱਡੇ ਭਰਾ ਹੋ ਔਰ ਜ਼ਰੂਰ ਮੇਰਾ ਵੀਰ ਬਣ ਕੇ ਸਮੇਂ ਦੀ ਕਦਰ ਕਰੀਏ ਆਪਾਂ। ਗਰਾਊਂਡ ਨੰਬਰ 4 ਦੇ ਵਿੱਚ ਖਾਰੀਆ ਦੀ ਟੀਮ ਦਾ ਕੋਈ ਰੈਫਰੀ ਆ ਗਿਆ ਵੀਰੇ, ਖਾਰੀਆ ਦੀ ਟੀਮ ਵੀਰੇ ਪਹਿਲਾਂ 5 ਨੰਬਰ ਗਰਾਊਂਡ ਜੋ ਜਿੱਤੀ ਆ ਤੇ ਉਹਦੇ ਰੈਫਰੀ ਆ ਜਾਣ ਮੇਰੇ ਭਰਾ ਬਣ ਕੇ ਗਰਾਊਂਡ ਨੰਬਰ 4 ਦੇ ਵਿੱਚ ਜੀ, ਦੋ ਜਾਣੇ ਆ ਜਾਣ ਮੈਚ ਕਰਵਾਉਣ ਦੇ ਲਈ ਮੇਰਾ ਵੀਰ ਬਣ ਕੇ ਬੇਨਤੀ ਹੈ। ਇੱਧਰ 12 ਦੇ 4 ਦੀ ਟੱਕਰ ਹੈ, ਬਹੁਤ ਵੱਡਾ ਫਰਕ ਕਹਿੰਦੇ ਪੈ ਚੁੱਕਿਆ, ਪਰ ਜਿੰਨਾ ਟਾਈਮ ਆ ਖੜਾ ਨਾ ਤੇ ਓਨਾ ਟਾਈਮ ਕੁਝ ਵੀ ਹੋ ਸਕਦਾ। ਆਹ ਸਾਹਮਣੇ ਕਹਿੰਦੇ ਕਮਾਲ ਹੋ ਚੁੱਕੀ ਹੈ ਸਰਵਿਸ, ਗੱਭਰੂ ਨੇ ਫੇਰ ਕਰਨ ਦੇ ਲਈ ਤਿਆਰੀ ਜਿਹੜੀ ਫਰੀ ਹੋਈ ਹੈ। ਹਾਂਜੀ ਹੁਣ ਦੱਸੋ ਠੀਕ ਹੈ ਜੀ? ਵਾਹ ਜੀ ਵਾਹ। ਲੈ ਵੀ ਬਾਈ ਯਾਰ ਹਰ ਇੱਕ ਪੁਆਇੰਟ ਲਈ ਤੇ ਤਾੜੀ ਹੁੰਦੀ ਮੁਸ਼ਕਿਲ, ਹਰ ਇੱਕ ਪੁਆਇੰਟ ਤੇ ਤਾੜੀਆਂ ਨਹੀਂ ਮਾਰ ਸਕਦੇ, ਪਰ ਬਾਈ ਯਾਰ ਆਹ ਪੁਆਇੰਟ ਲਈ ਤੇ ਤਾੜੀ ਬਣਦੀ ਆ, ਤਾੜੀ ਉਹਨੇ ਵੱਜੀ ਨੀ, ਜ਼ੋਰਦਾਰ ਤਾੜੀ ਮਾਰ ਯਾਰ, ਕਿਆ ਬਾਤ ਬਾਲ ਲਾਤੀ ਮੁੰਡੇ ਨੇ। ਸਰਵ ਚੇਂਜ ਹੈ ਬਾਈ ਭੀਮਾ ਜੀ, ਇੱਕ ਵਾਰੀ ਆ ਕੇ ਅਨੂਪ ਜਾਂਦੂ ਜੀ ਉਹਨਾਂ ਦੇ ਨਾਲ ਸੰਪਰਕ ਕਰ ਲੈਣਗੇ ਜੀ, ਗੱਡੀ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਉਹ ਆਪਣਾ ਜ਼ਰੂਰ ਰਾਬਤਾ ਕਾਇਮ ਕਰਨਗੇ। ਮੇਰੀ ਗੁਜ਼ਾਰਿਸ਼ ਹੈ, ਬੇਨਤੀ ਹੈ, ਇਹ ਤਾਂ ਜਿੰਨੀ ਵੀ ਸੰਗਤ ਬੈਠੀ ਹੈ ਸਾਰੀ ਸੰਗਤ ਦਾ ਵੱਡਾ ਧੰਨਵਾਦ ਹੈ ਵੀ ਛੱਡ ਕੰਮ ਖੇਡਾਂ ਦੇਖ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ, ਲੈਣ ਮੈਚਾਂ ਦੇ ਨਜ਼ਾਰੇ ਬਈ ਕੋਈ ਬੈਠ ਖੜ ਕੇ, ਤੇ ਬੋਲੇ ਵਾਲੀਬਾਲ ਦਾ ਜਨੂਨ ਵੀ ਹੁਣ ਲੋਕਾਂ ਦੇ ਸਿਰ ਚੜ ਕੇ, ਬੋਲੇ ਵਾਲੀਬਾਲ ਦਾ ਜਨੂਨ ਵੀ ਹੁਣ ਲੋਕਾਂ ਦੇ ਸਿਰ ਚੜ ਕੇ। 12 ਤੇ 4 ਹੈ, 13ਵੇਂ ਦੀ ਤਿਆਰੀ ਹੈ, ਇੱਕ ਪਾਸੇ ਕਹਿੰਦੇ ਕਰਨੀ ਅੰਕਲ ਦਾ ਤਜਰਬਾ ਬੜਾ ਵੱਡਾ ਹੈ, ਤੇ ਇੱਧਰ ਮੁੰਡੇ ਨਵੇਂ ਆ ਤੇ ਦੱਸੀ ਆਉਂਦਾ ਕਰਨੀ ਅੰਕਲ ਵੀ ਨਵਾਂ 9 ਦਿਨ ਤੇ ਪੁਰਾਣਾ 100 ਦਿਨ, ਇੱਕ ਹਾਲਤਾਂ ਕਿਸੇ ਗੱਲ ਕਰਕੇ ਬਣੀਆਂ ਹੋਈਆਂ ਨੇ, ਪਤਾ ਲੱਗਦਾ ਵੀ ਮੁੰਡੇ ਨੇ ਵਾਲੀਬਾਲ ਦਾ ਕੱਲਾ ਕੱਲਾ ਪੇਜ ਜਿਹੜਾ ਉਹ ਪਿਆ ਹੋਇਆ ਰਠਿਆ ਹੋਇਆ ਲੱਗਿਆ ਚੋਰ। ਆਹ ਸਾਹਮਣੇ ਲੋਕੋ ਤਾੜੀ ਤੂੜੀ ਮਾਰਦੇ ਅਗਰ ਜਦੋਂ ਮੈਚ ਗਰਮ ਜਿਹਾ ਹੁੰਦਾ ਹੈ, ਆਹ ਸਾਹਮਣੇ ਇਹਨਾਂ ਜੋਰ ਫੇਰ ਹੀ ਲਾਉਣਾ ਨੇ, ਮੈਚ ਪੱਤਾ ਹੋਇਆ
ਗੱਲਾਂ ਜਿਹੜੀਆਂ ਪੱਕੀਆਂ ਨੇ। ਲਓ ਸਾਹਮਣੇ ਕੱਲੇ ਕੱਲੇ ਨੰਬਰ ਤੇ ਜੰਗ ਰੜੀ ਜਾ ਰਹੀ ਹੈ, ਲਓ ਜੰਗ ਦੇਗਾਂ ਤੇ ਜਾ ਰਹੀ ਹੈ। ਉਧਰ ਪਾਰਸ ਭਰਾ ਸਾਡਾ ਰੂਪਨਗਰ ਵਾਲਾ ਕਹਿ ਰਿਹਾ ਵਿਕਾਸ ਜਿੰਨੀਆਂ ਵਾਲਾ ਪ੍ਰਸ਼ਾਦ ਤੇ ਮਾਰ ਕੇ ਨੰਬਰ ਲਊਗਾ ਤੇ ਹਰ ਇੱਕ ਪੁਆਇੰਟ ਦਾ 500 ਦਿੱਤਾ ਜਾਵੇਗਾ। ਅਸ਼ਵਿਨੀ ਜੋਗੀ ਵਾਲਾ ਜਿੰਨੀਆਂ ਸਿੰਗਲ ਹੈਂਡ ਲਾਵੇਗਾ ਤੇ ਭਰਾ ਸਾਡਾ ਕਹਿੰਦਾ ਵੀ ਆਪਾਂ 500 ਦੇਣਾ, ਮਾਣ ਪੱਟੇ ਆ। ਉਹ ਕਦੇ ਮਾਣ ਹੋਣਾ ਵੀ ਚਾਹੀਦਾ ਜਦੋਂ ਕੋਈ ਖਿਡਾਰੀ ਚੰਗਾ ਖੇਡਦਾ ਤੇ ਫਿਰ ਉਹਦੇ ਤੇ ਆਪਾਂ ਨੂੰ ਮਾਣ ਸਨਮਾਨ ਕਰਨੇ ਬਣਦੇ ਵੀ ਆ। ਲੈ ਵੀ ਅਸ਼ਵਨੀ 1100 ਤੈਨੂੰ ਦੇਣਾ ਵੀਰ, ਕਹਿੰਦਾ ਕਿ ਸਿੰਗਲ ਹੈਂਡ ਦਾ ਟੱਪਾ ਪੈ ਗਿਆ ਤੇ ਵਿਕਾਸ ਪ੍ਰਸ਼ਾਂਤ ਤੇ ਜਿੰਨੀਆਂ ਬਾਲਾਂ ਮਾਰਦਾ ਹੈ। ਰਾਜਸਥਾਨ ਵਾਲਿਓ, ਮੈਨੂੰ ਲੱਗਦਾ ਵੀ ਘਰੇ ਕੋਈ ਸ਼ਾਇਦ ਪ੍ਰੋਗਰਾਮ ਨਾ ਹੋਵੇ ਜਿਹਦੇ ਕਰਕੇ ਤੇਜ਼ੀ ਲੱਗਦੀ ਥੋੜੀ, ਗਲਤੀ ਵੱਡੀ ਕਰ ਬੈਠੇ ਮੁੰਡੇ। 13 ਹੋ ਗਏ ਜੀ, 13-3। ਸ਼ੁਕਰੀਆ ਜਨਾਬ। ਵੀਰੇ 4 ਤੇ ਚੱਲ ਪਿਆ ਕਿ ਨਹੀਂ, 4 ਨੰਬਰ ਗਰਾਉਂਡ ਯਾਰ। ਲੈ ਵੀ ਆ ਗਏ ਮੀਰਪੁਰੀ ਮੁੰਡੇ, ਕਰਾਓ ਜੀ ਕਰਾਓ ਸ਼ੁਰੂਆਤ ਉੱਧਰ, ਜਲਦੀ ਦੇ ਨਾਲ ਕਰਾਂ ਦੀ ਸ਼ੁਰੂਆਤ ਉਧਰਲੇ ਪਾਸੇ ਵੀ। ਇੱਧਰ ਜੋਧਪੁਰੀਆ ਤੇ ਥਰਾਜ ਵਾਲਾ ਚੱਲ ਪਿਆ ਮੈਚ। ਵੀਰੇ ਇੱਧਰ ਮੁੰਨਾ MBBS ਪੁਸ਼ਪਾ ਰਾਜ ਭਾਰੀ ਜੋਮਸੀਨਾ ਮੰਚਲ ਛੋਟੂ ਕਿੰਨੇ ਹੈ ਕਿਆ ਬਾਤ ਹੈ। 6 ਕਿਹੜੇ ਪਾਸੇ ਜੀ, ਠੀਕ ਹੈ 7 ਹੋ ਗਏ ਜੋਧਪੁਰੀ ਟੀਮ ਦੇ। ਇਧਰਲੇ ਪਾਸੇ 1.25 ਲੱਖ ਹੈ ਔਰ ਜਲਦੀ ਫਿੱਟ ਹੋਵੇਗਾ ਤਰਖਾਣ ਵਾਲੇ ਪਿੰਡ ਦਾ ਮੁੰਡਾ, ਬਾਸਕਟਬਾਲ ਖੇਡਦਾ ਖੇਡਦਾ ਸੱਟ ਖਾ ਬੈਠਾ। ਆਹ ਫਾਓ ਮੁੰਡਿਆਂ ਨੇ ਉਹ ਰੀਸਾਂ ਦੇ ਰਹੀਆਂ, ਆਹਦੇ ਮੇਲਾ ਹੀ ਲੁੱਟ ਗਿਆ। ਆਹ ਮੁੰਡੇ ਨੇ ਕਹਿੰਦੇ ਧਨ ਧਨ ਕਰ ਦਿੱਤੀ ਹੈ। ਸੱਟ ਦੇ ਫੈਸਲੇ ਨੇ ਵੇੜਦਾ ਮੁੰਡਾ, ਵੀਰੇ ਮੂਵ ਜਿਹੜੇ ਵੀਰ ਕੋਲੇ ਪਹੁੰਚਾਓ ਜੀ ਗਰਾਊਂਡ। ਕਿਆ ਬਾਤ ਹੈ, ਲੈ ਵੀ 14 ਹੋ ਗਏ, 14-4 ਹੋ ਗਏ ਸੋਹਣਿਓ, 15 ਹੋ ਗਏ ਜੀ। ਓਕੇ ਜੀ ਓਕੇ, ਮਾਫੀ ਚਾਹਾਂਗੇ ਜੀ, ਭੁਲੇਖਾ ਲੱਗ ਗਿਆ ਜੀ, 15 ਹੋ ਗਏ, ਠੀਕ ਹੈ ਜੀ। ਲੈ ਵੀ 15-4 ਹੋ ਗਏ, 12 ਕਿਆਲੇ ਮੁੰਡਿਆਂ ਨੇ ਵੱਡੀ ਲੀਡ ਬਣਾ ਲਈ ਹੈ। ਮੈਂ ਬੇਨਤੀ ਕਰਦਾ ਲੈ ਵੀ ਯਾਰ ਹੁਣ ਮੇਰਾ ਵੀਰ ਬਣ ਕੇ ਤੂੰ ਵੀ ਖੜਾ ਹੋ ਜਾ, ਵਾਰਮ ਅਪ ਹੋ ਜਾਓ, ਪਤਾ ਦੇ ਲਾਗੀ ਹੋਣਾ ਤੁਹਾਨੂੰ ਵੀ 12 ਕਿਆਲੇ ਮੁੰਡੇ ਅੱਜ ਜਿੱਤ ਦੇ ਰਾਤੇ ਨਾਲ ਪੁੱਜੇ ਹੋਏ ਆ ਭਾਈ। ਯਾਰ ਜਿੰਨਾ ਜਿੰਨਾ ਨੂੰ 12 ਕਾਲੇ ਮੁੰਡਿਆਂ ਦੀ ਖੇਡ ਚੰਗੀ ਲੱਗੀ ਹੈ, ਇੱਕ ਤਾੜੀ ਯਾਰ 12 ਕਾਲੀ ਟੀਮ ਦੇ ਲਈ ਜ਼ੋਰਦਾਰ ਮਾਰ ਦਿਓ ਮੇਰਾ ਵੀਰ ਬਣ ਕੇ। ਇੱਧਰ 15-4 ਹੈ 12 ਕਾਲਾ ਵਿਕਾਸ, ਬੱਲੇ 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 ਬੱਲੇ, ਰੱਬ ਉੱਤੇ ਤੇ ਧਰਤੀ ਥੱਲੇ ਤੇ ਵਿਚਾਰੇ ਕਹਿੰਦੇ ਰੱਸੀ
ਸਾਲੀਆ ਖੇੜਾ ਚ ਪੜਾਕੇ ਪੈਂਦੇ ਆ। ਪੰਜਾਬ ਵਾਲਾ ਸੁਧੀਰ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ। ਨਵੀਂ ਕਾਰਗਲ ਸੋਣਾ ਵੀਰਾ, ਆਵਾਜ਼ ਤੇਰੀ ਮੱਖਿਓ ਮਿੱਠੀ ਹੈ। ਇੱਧਰ ਪੰਜਾਬ ਵਾਲਾ ਸੁਧੀਰ ਸਰਵਿਸ ਕਰ ਗਿਆ। ਉਹ ਪੰਜਾਬ ਵਾਲਾ ਬਿਲਕੁਲ ਤਿਆਰ ਬਰ ਤਿਆਰ, ਸਾਹਮਣੇ ਜਿੰਨਾ ਚਿਰ ਖੜਾ ਉਨਾ ਚਿਰ ਪਤਾ ਨੀ ਵੀ ਕਦੋਂ ਮੈਚ ਬਦਲਦੇ। ਸਰਵਿਸ ਜਿਹੜੀ ਚੇਂਜ ਹੋਈ ਹੈ, ਜੇ ਇੱਕ ਅੱਧਾ ਨੰਬਰ ਲੱਗ ਗਿਆ ਇੱਥੇ ਤੇ ਫਿਰ ਵਾਪਸੀਆਂ ਜਿਹੜੀਆਂ ਹੋ ਸਕਦੀਆਂ, ਪਰ ਸਾਹਮਣੇ ਵਾਪਸੀਆਂ ਲਈ ਜ਼ੋਰ ਕਿਹੜੇ ਵੱਡਾ ਲਾਉਣਾ ਪੈਣਾ ਤੇ ਫਿਰ ਕਿੰਨੇ ਗੱਲਾਂ ਬਣਨੀਆਂ ਹੈ ਵੀ ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾਂ ਵਾਲਾ ਭੇਡ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾਂ ਵਾਲਾ ਭੇਡ ਬਈ। ਆਹ ਸਾਹਮਣੇ ਤਕੜੇ ਨੰਬਰ ਇੱਕ ਹੋਰ ਆਹ ਜਿਹੜਾ ਜੁੜ ਗਿਆ ਹੈ, ਆਹ ਸਾਹਮਣੇ ਜੇ ਇੱਕ ਅੱਧਾ ਹੋਰ ਲੱਗ ਗਿਆ ਹੈ ਤੇ ਫਿਰ ਗੱਡੀ ਜਿਹੜੀ ਚੱਲ ਪੈਣੀ ਹੈ, ਪਰ ਸਾਹਮਣੇ ਦਾਰੇ ਕਾਲੇ ਨੇ ਕਿਹੜੇ ਟਾਈਮ ਆਊਟ ਦੇ ਇਸ਼ਾਰੇ ਕੀਤੇ ਆ। ਤਿੰਨ ਨੰਬਰ ਗਰਾਊਂਡ ਦੇ ਵੀ ਪੜਾਕੇ ਜਿਹੜੇ ਪੂਰੇ ਤਕੜੇ ਪਈ ਜਾਂਦੇ ਆ। ਇੱਕ ਨੰਬਰ ਗਰਾਊਂਡ ਦਾ ਮੈਚ ਵੀ ਬੜਾ ਸਿਰੇ ਦਾ ਖੇਡਿਆ ਜਾ ਰਿਹਾ ਹੈ, ਤਿੰਨ ਦੇ ਨੰਬਰ ਦੱਸਾਂਗੇ ਜੀ ਜ਼ਰੂਰ। ਲੈ ਵੀ ਤਿੰਨ ਦੇ ਨੰਬਰ ਦੱਸੋ। ਇੱਕ ਪਾਸੇ ਖੇਡ ਵਾਲੀਬਾਲ ਮੀਡੀਅਮ ਵੀ ਕਹਿੰਦੇ ਟਾਪ ਦੀ ਟੀਮ ਆ, ਭਣਿਆਰੀ ਵਾਲੇ ਮੁੰਡਿਆਂ ਨੇ ਮਾਨਖੇੜੇ ਪਿੰਡ ਦਾ ਲੱਭਾ ਸੱਦਿਆ ਹੈ। ਇਹ ਥੋੜਾ ਘੱਟ ਜਾਣਦੇ ਕੱਚੀ ਬਾਰੇ, ਪਰ ਮੁੰਡੇ ਅੱਜ ਕਹਿੰਦੇ ਬਹੁਤ ਤਗੜਾ ਪ੍ਰਦਰਸ਼ਨ ਕਰੀ ਆਉਂਦੇ ਆ। ਇੱਕ ਪਾਸੇ ਫੌਜੀ ਹੈ, ਨਾਲ ਪੀਸੀ ਹੈ, ਗੇਜੀ ਵਰਗੇ ਅਮਨ ਹੋਣੀ ਖੇਡ ਰਹੇ ਮੁੰਡੇ ਨੇ, ਮਾਨਖੇੜੇ ਵਾਲੇ ਨੇ ਕਹਿੰਦੇ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਹੈ। ਇਧਰਲੇ ਪਾਸੇ ਦੀਵਾਨਖੇੜ ਦੀ ਟੀਮ ਦੇ ਲਈ ਸੋਨੂ ਹੈ, ਨਾਲ ਮੈਂ ਤੱਕ ਰਿਹਾ ਹੈਪੀ ਖੇਡਦਾ, ਔਰ ਨਾਲ ਰਾਮਕੋਟ ਪਿੰਡ ਦਾ ਸੁਰੇਸ਼। ਉਹ ਕਹਿੰਦੇ ਚੜ੍ਹਦੀ ਉਮਰੇ ਦੁਨੀਆ ਦਾ ਮਹਾਨ ਬਣ ਗਿਆ, ਬੱਲੇ ਬੱਲੇ ਬੱਲੇ, ਅਮਨ ਵੀ ਅੱਜ ਤੇ ਹਵਾ ਹਵਾਈ ਹੋਇਆ ਫਿਰਦਾ, ਉੱਡੇ ਹੀ ਫਿਰਦਾ ਗੱਭਰੂ, ਕਿਆ ਬਾਤ ਹੈ। ਲੱਗ ਗਿਆ ਨੰਬਰ ਜੀ, ਵਾਹ ਜੀ ਵਾਹ। ਤਿੰਨ ਤੇ ਅੱਠ ਹੋ ਗਏ ਜੀ ਇੱਧਰ, ਤਿੰਨ ਨੰਬਰ ਦੀਵਾਨ ਖੇਡਦੀ ਟੀਮ ਦੇ, ਅੱਠ ਨੰਬਰ ਹੈ ਪਨਿਹਾਰੀ ਵਾਲੇ ਮੁੰਡਿਆਂ ਦੇ, ਵਾਕਿਆ ਮੀਡੀਅਮ ਵਾਲੇ ਮੁੰਡੇ ਆਏ ਆ। ਅੱਜ ਗੁਆਂਢੀ ਪਿੰਡ ਦਾ ਮੁੰਡਾ ਲੈ ਕੇ ਆਏ ਆ, ਨਾਲ ਜ਼ਿਲ੍ਹੇ ਮਾਨਸੇ ਵਾਲਾ ਨਾਲ ਸੱਦ ਕੇ ਲੈ ਕੇ ਆਏ ਆ ਤੇ ਮੁੱਲ ਪੂਰਾ ਮੋੜਿਆ ਹਾਲੇ ਤੱਕ ਦੇ। ਪਰ ਸਾਹਮਣੇ ਰਾਮਕੋਟੀਆ ਜਿੰਨਾ ਚਿਰ ਖੜਾ ਹੈ ਉਹਨਾਂ ਚਿਰ ਆਪਾਂ ਕਹਿ ਦਈਏ ਦੀਵਾਨ ਖੇਡਦੀ ਟੀਮ ਨੂੰ ਹੌਸਲਾ ਹੀ ਬੜਾ ਹੈ, ਉਹਨਾਂ ਚਿਰ ਆਸਾਂ ਤੇ ਉਮੀਦਾਂ ਜਿਹੜੀਆਂ ਆਹ ਪੂਰੀਆਂ ਕਾਇਮ ਰਹਿਣੀਆਂ ਹੈ, ਗੱਲਾਂ ਵੀ ਪੱਕੀਆਂ ਹੈ। ਨੰਬਰ ਚੌਥਾ ਲੱਗ ਗਿਆ ਹੈ, ਔਰ ਟਾਈਮ ਆਊਟ ਦੇ ਇਸ਼ਾਰੇ ਉੱਧਰ ਹੋ ਗਿਆ ਹੈ। ਇੱਧਰ ਪੰਜਾਬ ਵਾਲਾ ਬਿਲਕੁਲ ਫਿੱਟ ਹੋਇਆ ਫਿਰਦਾ ਹੈ, ਔਰ ਸਾਹਮਣੇ ਦੇਖਾਂਗੇ ਜੇ ਵਾਪਸੀਆਂ ਹੋ ਗਈਆਂ ਤੇ ਮੈਚ ਦੇ ਕਿਹੜੇ ਇਤਿਹਾਸ ਬਣਾਉਂਦੇ ਨੇ। ਪਰ ਸਾਹਮਣੇ ਗਲਤੀਆਂ ਵੱਡੀਆਂ ਔਰ ਫੇਰ ਮੇਰੇ ਮਿੱਤਰੋਂ ਕਰ ਦਿੱਤੀਆਂ ਹੈ, ਔਰ ਸਾਹਮਣੇ ਬਾਰੇ ਕਹਾਂ ਫੇਰ ਕਿਹੜੇ ਫਿੱਟ ਹੋ ਗਿਆ ਖੇਡ ਦੇ ਮੈਦਾਨ ਦੇ ਅੰਦਰ। ਚਾਰ ਤੇ ਅੱਠ, ਔਰ ਇੱਕ ਤਰਫਾ ਜਿਹਾ ਮੁਕਾਬਲਾ ਜਿਹੜਾ ਕੀਤੀ ਆਉਂਦੇ ਮੁੰਡੇ ਪਨਿਹਾਰੀ ਵਾਲੇ, ਲਾਸਟ ਜਿਹਾ ਪਿੰਡਾਂ ਜ਼ਿਲ੍ਹੇ ਸੰਸੇ ਦਾ ਲਾਸਟ ਪਿੰਡ ਕਿਹੜੇ ਮਸਾਹ ਵਾਲੀ ਪਨਿਹਾਰੀ, ਔਰ ਫਿਰ ਕਿਹੜੇ ਸਰਦੂਲਗੜ੍ਹ ਦੀ ਗੱਲਾਂ ਕਿਹੜੇ ਹੁੰਦੀਆਂ ਹੈ, ਉਹਨਾਂ ਪਿੰਡਾਂ ਦੇ ਵਿੱਚੋਂ ਚੱਲ ਕੇ ਆਏ ਆ। ਬੜੀ ਮੀਡੀਅਮ ਦੀ ਟੌਪ ਦੀ ਟੀਮ ਬਣਦੀ ਹੈ ਵਾਲੀਬਾਲ ਦੀ, ਨਰਸਰੀ ਦੇ ਵਿੱਚੋਂ ਚੱਲ ਕੇ ਆਏ ਆ ਮੁੰਡੇ, ਦੁਨੀਆਂ ਦੇ ਵੱਡੇ ਵੱਡੇ ਮੱਲ ਆਹ ਪਿੰਡਾਂ ਦੇ ਵਿੱਚੋਂ ਕਿਹਦੇ ਚੱਲ ਕੇ ਦੁਨੀਆਂ ਦੇ ਚੜ੍ਹਦ ਦੇ ਚੜ੍ਹਾਈ ਵੱਡੀ ਆ। ਆਹ ਸਾਹਮਣੇ ਹਾਏ ਰੱਬਾ, ਨੰਬਰ ਹੀ ਲੈਣਾ, ਬੰਦਾ ਨਹੀਂ ਮਾਰਨਾ। ਆਹ ਸਾਹਮਣੇ ਲਾਸਟ ਆ ਗਿਆ ਜੀ, ਤੇਰੀ ਇੱਥੇ ਰੱਖ, ਲਾਸਟ ਨੰਬਰ ਆ ਗਿਆ, ਲਾਸਟ ਨੰਬਰ ਆ ਵੀਰੇ। ਪਿੰਡ ਵਾਲੇ ਮੁੰਡੇ ਦੀ ਆਪਣੇ ਆਪ ਨੂੰ ਤਿਆਰ ਕਰ ਲਓ ਜੀ, ਪਿੰਡ ਵਾਲੇ ਮੁੰਡੇ ਟੀਮਾਂ ਰਸਾਲੀਏ ਖੇੜਾ ਜੀ, ਕਰ ਲਓ ਵਾਰਮ ਅਪ ਆਪਣੇ ਸਾਰੇ ਸਾਥੀਆਂ ਨੂੰ। ਨੰਬਰ ਲਾਸਟ ਹੈ ਵੀ ਜਿੱਤਾਂ ਹਾਰਾਂ ਦੇ ਨਾ ਫੈਸਲੇ ਅਧੂਰੇ ਰਹਿਣਗੇ,
ਤਗੜਾ ਮੈਚ ਮਿੱਤਰੋ, ਪੜਾਕੇ ਪੂਰੇ ਪੈਣਗੇ, ਕਦੇ ਮਾਰਦੇ ਨੀ ਡੰਗ ਗੰਡੋਏ ਜਾਂ ਮੜੱਪ ਗਈ ਹੈ, ਤੇ ਨਿੱਤਰ ਨਾਗਾ ਚੋ ਖੜੱਪੇ ਸੱਪ ਗਈ ਹੈ, ਲੰਗਿਆ ਨੇ ਵਾਲਾ ਜੋੜਾ ਸੱਚ ਕਹਿ ਗਿਆ। ਅੱਜ ਦੇਖਾਂਗੇ ਰਸਾਲੀਆ ਖੇੜਾ ਚੋ ਕੱਪ ਜਿੱਤ ਕੌਣ ਲੈ ਗਿਆ, ਅੱਜ ਦੇਖਾਂਗੇ ਰਸਾਲੀਆ ਖੇੜਾ ਚੋ ਕੱਪ ਜਿੱਤ ਕੌਣ ਲੈ ਗਿਆ। ਇਹ ਤੇ ਹਾਲੇ ਬਹੁਤ ਟਾਈਮ ਲੱਗ ਜਾਏਗਾ ਜਾਣਨ ਦੇ ਲਈ ਕਿਹੜੇ ਉਹ ਭਾਗਾਂ ਵਾਲੇ ਖਿਡਾਰੀ ਹੈ ਜਿਨ੍ਹਾਂ ਨੇ ਬੈਸਟ ਬਣਨਾ, ਜਿਨ੍ਹਾਂ ਨੇ ਮੇਲਾ ਜਿੱਤਣਾ। ਥੋੜੀ ਤਬਦੀਲੀ ਜਿਹੜੀ ਮੁੰਡਿਆਂ ਨੇ ਕੀਤੀ ਹੋਈ ਹੈ ਮੇਰੇ ਮਿੱਤਰੋ, ਪਰ ਦੇਖਦੇ ਵੀ ਸਫਲਤਾ ਕੌਣ ਜੋੜਦਾ। ਪਾਣੀ ਹੋ ਜਾਣਾ ਲਓ ਲਾਸਟ ਨੰਬਰ ਇਹਦੇ ਪਾਸੇ। ਇਹ ਤੋਂ ਬਾਅਦ ਪਿੰਡ ਵਾਲੇ ਮੁੰਡੇ ਜਿਹੜੇ ਤਿਆਰ ਰਹਿਣਗੇ, ਜਿਹੜਾ ਜਿੱਤ ਗਿਆ ਤੇ ਪਿੰਡ ਵਾਲੇ ਮੁੰਡਿਆਂ ਦੇ ਨਾਲ ਟੱਕਰ ਜਿਹੜੀ ਵੱਡੀ ਹੋਣੀ ਹੈ। ਬੈਰ ਉਹ ਵੀ ਬੜਾ ਟਾਪ ਦਾ ਜਿਹੜਾ ਦੇਖਣ ਤੋਂ ਮਿਲਦਾ ਹੈ, ਪਰ ਉਹ ਸਾਹਮਣੇ ਬਾਰਿਕਾਂ ਵਾਲਾ ਅੱਜ ਵਾਕਿਆ ਹੈ, ਕੁਝ ਨਾ ਕੁਝ ਧਾਰ ਕੇ ਆਇਆ ਤੇ ਮੈਨੂੰ ਲੱਗਦਾ ਵੀ ਇੱਕ ਪਾਸਾ ਹੀ ਕਰੂੰਗਾ ਅੱਜ, ਜਾਂ ਫਿਰ ਗੱਲਾਂ ਬਾਤਾਂ ਕੋਈ ਹੋਰ ਬਣਦੀਆਂ ਹੈ। ਉੱਧਰ ਪਰਿਹਾਰੀਆਂ ਵਾਲਾ ਕਿਹੜੇ ਗੇਜੀ ਕੱਟਰ ਵੀ ਪੁੱਜਿਆ ਹੋਇਆ, ਜਦੋਂ ਜਦੋਂ ਕੱਚੀ ਦੇ ਮੇਲੇ ਖੇਡਦਾ ਨਾ ਉਦੋਂ ਗੱਲਾਂ ਬਾਤਾਂ ਸੇਰਾ ਕਰਾਉਂਦਾ ਹੈ। ਔਰ ਨਾਲ ਹੀ ਆਪਾਂ ਤਗੜੇ ਪੀਸੀ ਵੀ ਪੁੱਜਿਆ ਹੋਇਆ ਵਾਲੀਬਾਲ ਦੀ ਦੁਨੀਆਂ ਦੇ ਵਿੱਚ, ਕਿਹੜੀ ਪਹਿਲਾ ਮੋਟਰਸਾਈਕਲ ਹਰਿਆਣੇ ਨੂੰ ਲੈ ਕੇ ਆਇਆ ਮੁੰਡਾ, ਤੇ ਗੱਲਾਂ ਹੋਈਆਂ ਹੈ। ਆਹ ਮੁੰਡੇ ਦੀ ਕਿਹੜੇ ਡਿਫੈਂਸ ਦੀ ਚਰਚਾ ਹੁੰਦੀ ਹੈ, ਨਾਲ ਫੌਜੀ ਵਰਗੇ ਮੁੰਡੇ, ਆਹ ਪੀਸੀ ਦੇ ਫੌਜੀ ਦੀ ਜੋੜੀ ਕਹਿੰਦੇ ਪੁੱਜੀ ਹੋਈ ਅੱਜ ਦੁਨੀਆਂ ਦੇ ਵੱਡੇ ਮਾਲ ਪੁੱਜੇ ਹੋਏ ਆ। ਔਰ ਰਾਮ ਤੋੜੀਆ ਇੱਕ ਸਾਈਡ ਤੇ ਹੋ ਕੇ ਖੜ ਗਿਆ ਹੈ, ਤੇ ਹੈਪੀ ਕਹਿੰਦਾ ਵੀ ਮੈਨੂੰ ਛੱਡੋ ਖੁੱਲਾ, ਤੇ ਫੇਰ ਗੱਲਬਾਤ ਦੇਖੋ ਲੱਗਦੀ ਟਿਕਾਣੇ, ਪਰ ਗੱਲਬਾਤ ਕੋਈ ਹੋਰ ਹੁੰਦੀ ਲੱਗਦੀ ਹੈ। ਲੈ ਵੀ ਰਾਮ ਤੋੜੀਆ ਤਿਰ ਤੇ ਮਾਣ ਵੱਡਾ ਕੀਤਾ ਮੁੰਡਿਆਂ ਨੇ, ਆਹ ਵਾਸੀਆਂ ਦੇ ਕਰਾਵੇ ਗੱਲ ਫੇਰ ਬਣੇ। ਲੈ ਵੀ ਨਿਰਭੈ ਚੱਲੀ ਜਾਂਦਾ ਮੈਚ ਉੱਧਰ ਚਾਰ ਨੰਬਰ ਗਰਾਊਂਡ ਦੇ ਬਾਅਦ। ਧੰਨਵਾਦ ਆ ਵੀਰਾਂ ਦਾ ਜਿਹੜੇ ਭਰਾਵਾਂ ਨੇ ਐਗਰੀ ਕੀਤਾ ਹੈ, ਔਰ ਨਹੀਂ ਤੇ ਸਮਾਂ ਆਪਾਂ ਨੂੰ ਕਾਫੀ ਲੱਗ ਜਾਣਾ ਸੀ ਮੇਰਾ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਇੱਧਰਲੇ ਪਾਸੇ ਮੈਨੂੰ ਲੱਗਦਾ ਵੀ ਨੰਬਰ ਲਾਸਟ ਹੀ ਕਹਿੰਦੇ ਬਹੁਤ ਵੱਡੀ ਚੁਣੌਤੀ ਬਣਿਆ ਪਿਆ ਹੈ। ਇੱਧਰ ਰਾਹੁਲ ਨੇ ਸਮਝਾ ਦਿੱਤਾ ਕੱਲੇ ਕੱਲੇ ਨੂੰ, ਲੈ ਵੀ ਤਾੜੀ ਨਾ ਮਾਰ ਦੋ ਯਾਰ ਜ਼ੋਰਦਾਰ, ਬਹੁਤ ਤਗੜਾ ਮੁਕਾਬਲਾ ਖੇਡਿਆ ਗਿਆ ਹੈ, ਸਾਰੇ ਕਹਿੰਦੇ ਮੁੰਡੇ ਜਿੱਤ ਗਏ ਹੈ, ਬਹੁਤ ਤਗੜਾ ਮੈਚ ਲੱਗਿਆ ਹੈ। ਔਰ ਆਹ ਮੈਚ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਿਆ ਜਾਵੇਗਾ ਕਿਉਂਕਿ ਦੋਨੋਂ ਟੀਮਾਂ ਬੜਾ ਜੀ ਜਾਨ ਲਾ ਕੇ ਖੇਡੀਆਂ ਨੇ। ਵਿਕਾਸ ਕਿੰਨੇ ਕੁ ਟਾਈਮ ਨੂੰ ਵੀਰੇ, ਆਪਣੇ ਆਪ ਹੀ ਕੋਈ ਚੱਕਰ ਨਹੀਂ, ਓਕੇ ਓਕੇ ਮੈਂ ਟੈਣੀ ਅੰਕਲ ਜੀ, ਨਹੀਂ ਤੇ ਆਪਾਂ ਤੁਹਾਨੂੰ ਬੇਸ਼ੱਕ ਅੱਧਾ ਘੰਟਾ ਨਾ ਆਉਂਦਾ ਜਵਾਨ ਲਾ ਦਿਓ ਕੋਈ, ਤੁਸੀਂ ਬੁੱਢੇ ਬੰਦੇ ਬਾਹਰ ਬਹਿ ਜਾਓ ਫਿਰ। ਲੈ ਵੀ ਪੰਜਾਂ ਸੱਤਾਂ ਮਿੰਟਾਂ ਨੂੰ ਆਪਾਂ ਮੈਚ ਕਰਾਵਾਂਗੇ, ਸਾਲੀਆ ਖੇਡਾ ਤੇ ਬਾਰੇਗਾ, ਨਾਲ ਹੀ ਟਾਈਆਂ ਕੁਆਟਰ ਦੀਆਂ ਹੈ ਆਪਣਾ ਹੈਪੀ ਕੱਢ ਦੋ ਟਾਈਆਂ। ਹੈਲੋ, ਲੈ ਵੀ ਟਾਈਆਂ ਤੁਸੀਂ ਦੇਖ ਸਕਦੇ ਹੋ ਜੀ, ਸਭ ਦੇ ਸਾਹਮਣੇ ਲਾਈਵ ਟਾਈਆਂ ਕੱਢੀਆਂ ਜਾ ਰਹੀਆਂ ਕੁਆਟਰ ਦੀਆਂ ਜੀ। ਲੈ ਵੀ ਚੱਕਦੇ ਆਪ ਹੀ ਅਰ ਚੱਲੋ
ਲਵਾਈ ਕਿੰਨੇ ਹੋ ਗਏ ਇਧਰ ਤਿੰਨ ਤੇਰਾਂ ਵਾਹ ਜੀ 13 ਨੰਬਰ ਹੈ ਪਰਿਹਾਰੀ ਵਾਲੇ ਮੁੰਡੇ ਦੇ 4 ਨੰਬਰ ਉਧਰ ਦੀਵਾਨ ਖੇੜੇ ਦੀ ਟੀਮ ਦੇ ਲਵੀ ਦੀਵਾਨ ਖੇੜੇ ਵਾਲੇ ਉਹ ਹੋਰ ਫਿੱਟ ਹਾਲੇ ਵੀ ਨੰਬਰ ਬਹੁਤ ਬਾਕੀ ਵਾਪਸੀਆਂ ਹੋ ਸਕਦੀਆਂ ਸੇਠ ਜੀ ਤੁਹਾਨੂੰ ਕੋਈ ਨਾ ਕੋਈ ਗੱਲਬਾਤ ਜਿਹੜੀ ਸਾਂਝੀ ਕਰਨੀ ਪੈਣੀਆਂ ਹੈ ਤੇ ਫਿਰ ਗੱਲਾਂ ਜਿਹੜੀਆਂ ਬਣਨੀਆਂ ਹੈ ਥੋੜੀਆਂ ਕਿਤੇ ਤਬਦੀਲੀਆਂ ਕੀਤੀਆਂ ਹੈ ਔਰ ਫਿਰ ਕਿਤੇ ਮੁੰਡੇ ਫਿੱਟ ਹੋ ਗਏ ਹੁਣ ਹੈਲੋ ਡਾਲੀ ਉੱਧਰ ਰੂਪਨਗਰ ਵਾਲਾ ਪਾਰਸਾ ਦਾ ਭਰਾ ਕਹਿ ਰਿਹਾ ਵੀ ਜਿਹੜਾ ਮੈਚ ਜਿੱਤੇ ਤੋਂ ਬਾਅਦ ਐਕਸ਼ਨ ਕੀਤਾ ਬਾਰੇ ਕਾਲੇ ਵਿਕਾਸ ਨੇ ਬਾਹਾਂ ਖੜੀਆਂ ਕੀਤੀਆਂ ਨੇ ਸੋ ਉਹਦੇ ਲਈ ਸਿਰਫ 1100 ਰੁਪਏ ਦੇ ਵੱਡੇ ਮਾਨ ਜਿਹੜੇ ਪਹੁੰਚਦੇ ਕਰ ਦਿੱਤੇ ਵੀਰ ਨੇ ਬਹੁਤ ਬਹੁਤ ਧੰਨਵਾਦ ਬਾਰੇ ਕਾਲੇ ਵਿਕਾਸ ਦੇ ਲਈ 1100 ਦਾ ਵੱਡਾ ਮਾਨ ਹੈ ਹਾਂਜੀ ਸੁਣਿਓ ਇੱਕ ਵੀ ਗਲਤੀ ਨੀ ਕੀਤੀ ਇੱਕ ਨੰਬਰ ਦੇ ਵਾਲੀਬਾਲ ਸ਼ੂਟਿੰਗ ਪੰਜਾਬ ਆ ਵੀਰੇ ਸੁਗਮ ਫਤਿਹਪੁਰ ਇੱਕ ਵਾਰ ਮੈਨੂੰ ਫੋਨ ਗਿਆ ਇਹਦਾ ਆਪਣੇ ਕੀ ਆ ਹਰਵਿੰਦਰ ਦਾ ਹਰਵਿੰਦਰ ਦਾ ਮੈਨੂੰ ਫੋਨ ਗਿਆ ਮੈਂ ਉਦੋਂ ਬਿਜੀ ਵੀ ਯਾਰ ਫੋਨ ਤੇ ਗੱਲ ਹੋਈ ਨਾ ਇਹਦੇ ਨਾਲ ਮੇਰੀ ਗੱਲ ਹੋਈ ਨਾ ਤੀਜੇ ਦਿਨ ਭੜੋਲਿਆਂ ਵਾਲੀ ਤੇ ਖਾਰੀਆ ਇਹ ਮੁੰਡੇ 3 ਨੰਬਰ ਗਰਾਊਂਡ ਦੇ ਨੇੜੇ ਆ ਜਾਓ ਮੇਰਾ ਵੀਰ ਬਣ ਕੇ ਭੜੋਲਿਆਂ ਵਾਲੀ ਤੇ ਖਾਰੀਆ ਦੀ ਟੀਮ ਦਾ ਮੈਚ ਵੀਰੇ ਇਹ 3 ਨੰਬਰ ਗਰਾਊਂਡ ਤੇ ਖੇਡਿਆ ਜਾਊਗਾ ਜਲਦੀ ਦੇ ਨਾਲ ਮੁੰਡੇ ਆਪਣੇ ਆਪ ਨੂੰ ਤਿਆਰ ਕਰ ਲੈਣ ਸੰਦੋਹਾਂ ਤੇ ਰਾਮਕੋਟ ਇੱਧਰ ਜੋਧਪੁਰੀਆ ਜਿੱਤ ਗਈ ਕੋਚ ਮਨੀਸ਼ ਕੁਮਾਰ ਜੀ ਓਕੇ ਸ਼ੁਕਰੀਆ ਜੀ ਰਾਜਨੀਤੀ ਵੀ ਮਾਰਦੀ ਹੈ ਹਰ ਇੱਕ ਚੀਜ਼ ਨੂੰ
ਲੈ ਵੀ ਕੋਚ ਉਹ ਆਪਣੇ ਜਿਹੜੇ ਆਰਗੈਨਿਕ ਆਲੂ ਹਨ ਤੇ ਉਹ ਜ਼ਰੂਰ ਪ੍ਰਾਪਤ ਕਰ ਲਈ ਮੇਰਾ ਵੀਰ ਬਣ ਕੇ ਲੈ ਕੇ ਆਏ ਮੁੰਡੇ ਕੋਚ ਜੋਧਪੁਰੀ ਬਾਈ ਜੀ ਸੰਦੋਹਾਂ ਤੇ ਰਾਜਕੋਟ ਦੀਆਂ ਟੀਮਾਂ ਜੋਧਪੁਰੀ ਟੀਮ ਦਾ ਕੋਈ ਖਿਡਾਰੀ ਆਵੇ ਜੀ ਹਾਂਜੀ ਸਮਨ ਕੀ ਹਾਲ ਆ ਬਈ ਸਮਨ ਨਿਊਜ਼ੀਲੈਂਡ ਲਵੀ ਕਿੰਨੇ ਨੰਬਰ ਹੈ ਜੀ ਇਧਰ ਹੈਲੋ ਵੀਰੇ ਰਾਮਕੋਟ ਵਾਲੇ ਪੈ ਗਏ ਜੀ ਰਾਮਕੋਟ ਬਵੇ ਰਾਜਾਂ ਲਈ ਕਿੱਧਰ ਰਹਿ ਗਏ ਵੀਰੇ ਆਜੋ ਭੱਜ ਕੇ ਯਾਰ ਗਰਾਊਂਡ ਨੰਬਰ 1 ਹਾਂਜੀ ਹਾਂਜੀ ਜੋਧਪੁਰੀ ਟੀਮ ਦਾ ਇੱਕ ਰੈਫਰੀ ਆਓ ਜੀ ਜੋਧਪੁਰੀ ਟੀਮ ਦਾ ਕੋਈ ਇੱਕ ਖਿਡਾਰੀ ਵੀਰੇ ਹੈਲੋ ਸੰਦੋਹੇ ਦੀ ਟੀਮ ਡਾਕਟਰ ਕਿੱਥੇ ਰਹਿ ਗਏ ਵੀਰੋ ਆਓ ਭੱਜ ਕੇ ਨਾਲ ਹੀ ਤਿੰਨ ਨੰਬਰ ਗਰਾਊਂਡ ਦੇ ਵੀਰੇ ਭੜੋਲਿਆਂ ਵਾਲੀ ਤੇ ਖਾਰੀਆਂ ਦੀ ਇਹ ਟੀਮਾਂ ਤਿੰਨ ਨੰਬਰ ਗਰਾਊਂਡ ਦੇ ਨੇੜੇ ਆ ਜਾਓ ਬਾਰੇਕਾਂ ਦੀ ਟੀਮ ਨੂੰ ਬੇਨਤੀ ਆ ਬਾਈ ਜੀ ਆ ਜਾਓ ਮੇਰਾ ਵੀਰ ਬਣ ਕੇ ਬਾਰੇਕਾਂ ਵਾਲੇ ਮੁੰਡੇ ਬਾਰੇਕਾਂ ਦੀ ਟੀਮ ਦੇ ਖਿਡਾਰੀ ਆ ਜਾਓ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਵਧੀਆ ਚਾਹੀਦਾ ਸਾਹਮਣੇ ਵਧੀਆ ਵੀਰੇ ਬਾਬਾ ਕਿਰਪਾ ਰੱਖੇ ਹੈਲੋ ਲਓ ਇੱਧਰ ਪ੍ਰੇਹਾਨੀ ਵਾਲੇ ਕਮਾਲ ਕੀਤੀ ਆਉਂਦੇ ਆ ਨਾਲ ਹੀ ਉੱਧਰ ਸਮਨ ਨਿਊਜ਼ੀਲੈਂਡ ਵੀਰ ਸਾਡਾ ਉਹ ਵੀ ਲਾਈਵ ਦੇ ਜ਼ਰੀਏ ਜੁੜਿਆ ਹੋਇਆ ਬਹੁਤ ਬਹੁਤ ਸਵਾਗਤ ਰੇ ਖੇੜੀਆਂ ਵਾਲੇ ਪੀਤੇ ਦੇ ਨਾਲ ਪਿਆਰ ਵੱਡੇ ਔਰ ਨਿਊਜ਼ੀਲੈਂਡ ਦੀ ਧਰਤੀ ਦੇ ਉੱਪਰ ਗੱਲਾਂ ਕਿਹੜੇ ਲੱਗਦੀਆਂ ਟਿਕਾਣੇ ਆਉਣ ਸਮਨ ਭਰਾ ਸਾਡਾ ਨਿਊਜ਼ੀਲੈਂਡ ਵਾਲਾ ਵੀ ਜੁੜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਆ ਸਿੰਮੀਆਂ ਭਰਾ ਸਾਡਾ ਕਾਲਾ ਬੂੜਾ ਪਿੰਡ ਹੈ ਔਰ ਖੇਡਿਆ ਲੰਮਾ ਡਾ ਨੂੰ ਖੇੜੀ ਦੀ ਟੀਮ ਦੇ ਲਈ ਨਿਊਜ਼ੀਲੈਂਡ ਚ ਕਹਿੰਦੇ ਪੱਕੇ ਤੌਰ ਤੇ ਰਹਿਣ ਸਵੇਰੇ ਵੀਰ ਦੇ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਲਾਈਵ ਤੇ ਆ ਗਿਆ ਔਰ ਮੈਂ ਬੇਨਤੀ ਕਰੂੰਗਾ ਬਾਈ ਜੀ ਗਰਾਊਂਡ ਨੰਬਰ 1 ਦੇ ਵਿੱਚ ਰਾਮਕੋਟ ਹੀ ਆ ਗਏ ਮੁੰਡੇ ਠੀਕ ਹੈ ਜੀ ਧੰਨਵਾਦ ਬਾਈ ਜੀ ਸੰਦੋਹਾ ਸੰਦੋਹੇ ਦੀ ਟੀਮ ਆ ਗਈ ਵੀਰੇ ਓਕੇ ਜੀ ਖੇਡੋ ਮੇਰਾ ਵੀਰ ਬਣ ਕੇ ਸੱਤਾ ਕੈਪਟਨ ਨੈਕਸਟ ਰਾਊਂਡ ਮੇ ਹੋਗਾ ਬਾਈ ਜੀ ਬਾਈ ਜੀ ਇਥੇ ਕਰਵਾ ਦਿਓ ਜੀ ਮੈਚ ਟਾਈਆਂ ਪਹਿਲਾਂ ਹੀ ਟਾਈਆਂ ਕੱਢੀਆਂ ਹੁੰਦੀਆਂ ਇੱਕ ਮੈਚ ਨਿਬੜਦਾ ਸੀ ਏਪੀ ਵੀਰੇ ਪਹਿਲਾਂ ਹੀ ਟਾਈਆਂ ਕੱਢੀਆਂ ਹੁੰਦੀਆਂ ਇੱਕ ਮੈਚ ਨਿਬੜਦਾ ਸੀ ਹੁਣ ਤਾਂ ਆਪਾਂ ਕਹੀ ਜਾਂਦੇ ਹਾਂ ਟਾਈਮ ਦੀ ਬੱਚਤ ਕਰੀਏ ਲੈ ਵੀ ਆਓ ਦੋਨੇ ਟੀਮਾਂ ਬਾਰੇਕਾਂ ਤੇ ਨਾਲ ਦੋਨੇ ਟੀਮਾਂ ਆਓ ਨੀ ਗਰਾਊਂਡ ਨੰਬਰ 2 ਦੇ ਵਿੱਚ ਜਲਦੀ ਦੇ ਨਾਲ ਆ ਜਾਈਏ ਦੋਨੇ ਟੀਮਾਂ ਕਰੀਏ ਮੈਚ ਦੀ ਸ਼ੁਰੂਆਤ ਜ਼ੋਰ ਲੱਗਿਆ ਵਾ ਹੁਣ ਕਿੱਥੇ ਹੋਰ ਮੈਚ ਹੁਣ ਸਟਾਰਟ ਹੋਇਆ ਵਾ ਹੁਣ ਜੀ ਖਾਰੀ
ਬਾਸ ਕੇ ਸਾਹਮਣੇ ਕਰਨ ਲੱਗ ਗਏ ਨਹੀਂ ਵਧੀਆ ਮੈਚ ਖਾ ਜਾਂਦੇ ਤਾਂ ਨਹੀਂ ਹਾਂ ਠੀਕ ਹੈ ਉਹ ਮਤਲਬ ਖਾਨ ਤਾਂ ਬਹੁਤ ਨਹੀਂ ਖੇਡਿਆ ਨਹੀਂ ਜੋਧਪੁਰੀ ਮੁੰਡਿਆਂ ਦੇ ਕੋਈ ਪੈਸੇ ਡਿੱਗੇ ਔਰ ਮੇਰੀ ਬੇਨਤੀ ਹੈ ਜੇ ਕਿਸੇ ਵੀਰ ਨੂੰ ਮਿਲੇ ਤੇ ਜਾਂ ਤੇ ਪ੍ਰਬੰਧਕਾਂ ਨੂੰ ਦੇ ਦੀ ਜਾਂ ਉਹਨਾਂ ਮੁੰਡਿਆਂ ਨੂੰ ਵਾਪਸ ਕਰ ਦੀ ਲੈ ਵੀ ਪਹੁੰਚਾ ਦੇ ਮੇਰਾ ਵੀਰ ਬਣ ਕੇ ਉਹਦਾ ਤੇ ਵੀ ਜਿੱਦਾਂ ਕਹਿੰਦੇ ਵੀ ਦੁਨੀਆਂ ਭਰੀ ਪਈ ਹੈ ਬੰਦਿਆਂ ਦੀ ਪਰ ਤੋੜ ਨਹੀਂ ਹੈ ਚੰਗਿਆਂ ਦੀ ਲਵੀ ਪੈਸੇ ਤਾਂ ਲੱਭਿਆ ਕੇ ਦੱਸ ਕੇ ਦੇ ਜੀ ਕਿੰਨੇ ਹੈਲੋ ਲਵੀ ਮੱਖਣ ਕਿੰਨੇ ਕਿੰਨੇ ਹੋ ਗਏ ਨੰਬਰ ਦੱਸੋ ਜੀ ਸਕੋਰ ਚਾਰ ਤੇ ਤੇਰਾਂ ਲਵਲੀ ਕਿਹੜਾ ਹੈਪੀ ਕਹਿਣਾ ਲਵਲੀ ਚਹਿਲ ਵਿਕਾਸ ਮੈਂ ਬੇਨਤੀ ਕਰੂੰਗਾ ਵੱਡੇ ਬਾਈ ਆ ਕੇ ਮੈਚ ਖੇਡ ਲੋ ਬਈ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਲਗਾਤਾਰ ਦੋ ਮੈਚ ਇਕੱਠੇ ਖੇਡਣਾ ਬਹੁਤ ਮੁਸ਼ਕਿਲ ਹੋ ਜੂ ਬਾਈ ਪਹਿਲਾਂ ਵੀ ਤੁਸੀਂ ਮੈਚ ਖੇਡੀ ਬੈਠੇ ਹੋ ਲਗਾਤਾਰ ਹੀ ਆਓ ਜਲਦੀ ਗਰਾਊਂਡ ਨੰਬਰ ਇੱਕ ਦੇ ਵਿੱਚ ਜਿਹੜੇ ਰਹਿੰਦੇ ਆ ਮੁੰਡੇ ਆ ਜਾਣ ਮਹਿਕ ਮੱਲ ਸਿੰਘ ਵਾਲਾ ਕਿੱਥੇ ਆ ਬਾਈ ਜੀ ਗਰਾਊਂਡ ਨੰਬਰ ਇੱਕ 'ਚ ਪਹੁੰਚੇ ਮੈਂ ਲਵੀ ਮੈਨੂੰ ਫੋਨ ਲਾ ਲੈਂਦਾ ਸਿੱਧਾ ਤੂੰ ਜੈਪੁਰ ਕਾ ਜੈਪੁਰ ਨਹੀਂ ਆਈ ਬਾਈ ਹੈਲੋ ਨਾਲ ਹੀ ਵੀਰੇ ਮੇਰੀ ਬੇਨਤੀ ਇਸ ਤੋਂ ਬਾਅਦ ਤਿੰਨ ਨੰਬਰ ਗਰਾਊਂਡ ਦੇ ਨੇੜੇ ਭਣਿਆਰੀ ਵਾਲੇ ਮੁੰਡੇ ਕਹਿੰਦੇ ਇੱਕ ਵੱਡੀ ਜਿਹੜੀ ਆ ਵਰਤ ਕਦੇ ਬਣਾ ਲੈ ਆ ਮੇਰੀ ਹੁੰਦੀ ਆਪਾਂ ਕਹਿ ਦਈਏ ਹਰਿਆਣਾ ਪੰਜਾਬ ਰਾਜਸਥਾਨ ਦੀ ਪੂਰੀ ਟੋਪ ਦੀ ਟੀਮ ਹੈ ਔਰ ਅੱਜ ਕੱਲ ਮੁੰਡੇ ਕਦੇ ਕੱਚੀ ਦੇ ਵੀ ਵੱਡੇ ਵੱਡੇ ਮਿਲਿਆ ਤੇ ਆ ਫੈਨ ਕਦੇ ਕਮਾਲ ਨਾਲ ਕਦੇ ਪ੍ਰਦਰਸ਼ਨ ਕਦੇ ਕਰਦੇ ਆ ਨਾਲ ਮੈਂ ਤੱਕ ਨਾ ਵੀ ਸੈਂਟਰ ਚ ਆ ਕੱਲੂ ਬਾਬਾ ਦਾ